ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਮਿਲਟਰੀ ਲਿਟਰੇਚਰ ਫੈਸਟੀਵਲ, ਜਿਸ ਦਾ ਕਿ ਤੀਜਾ ਐਡੀਸ਼ਨ ਚੰਡੀਗੜ੍ਹ ਲੇਕ ਕਲੱਬ ਦੇ ਵਿੱਚ ਚੱਲ ਰਿਹਾ ਹੈ। 3 ਦਿਨ ਤੱਕ ਲਈ ਦੱਸੀਏ ਕਿ ਇਹ ਲਿਟਰੇਚਰ ਫੈਸਟੀਵਲ ਇੱਥੇ ਚੱਲੇਗਾ। ਮਕਸਦ ਇਹੀ ਹੈ ਇਸ ਦਾ ਕਿ ਨੌਜਵਾਨਾਂ ਦੇ ਵਿੱਚ ਵੱਧ ਤੋਂ ਵੱਧ ਫੌਜ ਨੂੰ ਲੈ ਕੇ ਜਿਹੜੀ ਹੈ ਉਹ ਜਾਣਕਾਰੀ ਨੌਜਵਾਨਾਂ ਦੇ ਵਿੱਚ ਦਿੱਤੀ ਜਾ ਸਕੇ। ਫੌਜ ਦਾ ਇਤਿਹਾਸ ਕੀ ਕੁਝ ਹੈ, ਫੌਜ ਦੇ ਵਿੱਚ ਮੌਜੂਦਾ ਵੇਲੇ ਕਿਹੜੀ ਤਕਨੀਕ ਦਾ ਇਸਤੇਮਾਲ ਹੋ ਰਿਹਾ, ਕਿਹੜਾ ਲਿਟਰੇਚਰ ਫੌਜ ਦੇ ਨਾਲ ਸੰਬੰਧਿਤ ਛਾਪਿਆ ਜਾ ਰਿਹਾ ਹੈ, ਅਤੇ ਨੌਜਵਾਨ ਜਿਹੜਾ ਹੈ ਕਿਸ ਤਰੀਕੇ ਨਾਲ ਫੌਜ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕੇ। ਇਸੇ ਮਕਸਦ ਦੇ ਨਾਲ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਜਿਹੜਾ ਕਰਵਾਇਆ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ, ਨੌਜਵਾਨ ਵੀ ਇੱਥੇ ਆ ਰਹੇ ਨੇ, ਬਹੁਤ ਸਾਰੀਆਂ ਕਿਤਾਬਾਂ ਦੇ ਉੱਤੇ ਵੀ ਡਿਸਕਸ਼ਨ ਇੱਥੇ ਹੋਏਗੀ ਅਤੇ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਵੀ, ਅਤੇ ਜੋ ਸਾਬਕਾ ਫੌਜੀ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਇਵੈਂਟ ਨੇ ਉਹਨਾਂ ਦਾ ਮਕਸਦ ਕੀ ਹੈ ਅਤੇ ਕਿਸ ਤਰੀਕੇ ਨਾਲ ਉਹ ਯੂਥ ਨੂੰ ਪ੍ਰਭਾਵਿਤ ਕਰਨਗੇ। ਜਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਅਤੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ, ਬਹੁਤ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਤੁਸੀਂ ਇਸ ਤਰੀਕੇ ਸਾਹਮਣੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵੱਖ ਵੱਖ ਤਰ੍ਹਾਂ ਦੇ ਜਿਹੜੇ ਨੇ ਉਹ ਜੰਗੀ ਕਰਤੱਬ ਜਿਹੜੇ ਨੇ ਇੱਥੇ ਜਵਾਨ ਜਿਹੜੇ ਨੇ ਇੱਥੇ ਵਿਖਾ ਰਹੇ ਨੇ, ਅਤੇ ਇੱਕ ਗੱਤਕੇ ਦੀ ਟੀਮ ਵੀ ਜਿਹੜੀ ਆ ਖਾਸ ਤੌਰ ਦੇ ਉੱਤੇ ਪਹੁੰਚੀ ਹੋਈ ਹੈ, ਉਹਨਾਂ ਦੇ ਨਾਲ ਗੱਲ ਕਰਨ ਦੀ ਪਹੁੰਚੀ ਹੋਏ ਨੇ, ਅਤੇ ਦਲਵਿੰਦਰ ਸਿੰਘ ਜੀ ਨੇ ਜੋ ਕਿ ਪੂਰੀ ਟੀਮ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ। ਸਰ, ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਪਹੁੰਚੇ ਹੋ, ਗੱਤਕਾ ਪਰਫਾਰਮ ਕਰਨ ਦਾ ਤੁਹਾਨੂੰ ਮੌਕਾ ਮਿਲਿਆ, ਕਿਵੇਂ ਮਹਿਸੂਸ ਕਰ ਰਹੇ ਹੋ? ਸਾਨੂੰ ਬਹੁਤ ਵਧੀਆ ਲੱਗਾ ਜੀ। ਅਸੀਂ ਆਪਣੀ 22 ਪੰਜਾਬ ਰੈਜੀਮੈਂਟ ਦੀ ਟੀਮ ਲੈ ਕੇ ਆਏ ਸੀ, ਪਿਛਲੇ ਸਾਲ ਵੀ ਅਸੀਂ ਲੈ ਕੇ ਆਏ ਹਾਂ ਇੱਥੇ ਟੀਮ। ਇੱਕ ਜਵਾਨ ਨੂੰ ਔਰ ਦੇਖ ਕੇ ਨਵੇਂ ਜਵਾਨ ਨੇ ਜਿਹੜੇ ਇਹਨਾਂ ਨੂੰ ਇੱਕ ਯੁੱਧ ਕਲਾ ਦਾ ਤਕਨੀਕ ਵਿਖਾਇਆ ਗਿਆ, ਇਹਦੇ 'ਚ ਕਿ ਇੱਕ ਬੰਦਾ ਜਿਹੜਾ ਕਾਫੀ ਬੰਦਿਆਂ ਨੂੰ ਜੋ ਹੈ ਨੇੜੇ ਨਹੀਂ ਆਉਣ ਦਿੰਦਾ, ਮਤਲਬ ਇੱਕ ਯੁੱਧ ਕਲਾ ਦਾ ਇਹਦੇ 'ਚ ਪ੍ਰਦਰਸ਼ਨ ਕੀਤਾ ਗਿਆ। ਵੈਸੇ ਹਮ ਆਪਣੀ ਯੂਨਿਟ ਕੀ ਤਰਫ ਸੇ ਇੱਕ ਟੀਮ ਤਿਆਰ ਕੀਤੀ ਗਈ, ਆਰਮੀ ਦਾ ਤਾਂ ਹੈ ਹੀ ਹੈ, ਇਸਮੇ ਹਥਿਆਰ ਹੋਤਾ ਆਪਣਾ ਸਮਾਨ ਹੋਤਾ, ਇਸਕੇ ਇਲਾਵਾ ਵੀ ਅਗਰ ਇੱਕ ਜਵਾਨ ਕੋਲ ਇੱਕ ਛੋਟਾ ਹੀ ਮਿਲ ਜਾਏਗਾ ਤਾਂ ਉਹ 10 ਬੰਦਿਆਂ ਨੂੰ ਨੇੜੇ ਨਹੀਂ ਆਉਣ ਦਿੰਦਾ। ਇਹਦੇ ਜੋ ਨਵੇਂ ਯੁਵਕ ਨੇ ਜਿਹੜੇ ਨਵੀਂ ਤਕਨੀਕ ਹੈ ਇਹਦੇ ਤੋਂ ਹਟਦੀ ਜਾਂਦੀ ਹੈ, ਅਸੀਂ ਉਹਨਾਂ ਨੂੰ ਦੁਬਾਰਾ ਜਾਗਰਣ ਕਰਾਉਣ ਵਾਸਤੇ ਇੱਕ ਸਾਡੀ ਟੀਮ ਹੈ ਜਿਹੜੀ 22 ਪੰਜਾਬ ਦੀ, ਉਹ ਅੱਜ ਅਸੀਂ ਉਹਨੂੰ ਲੀਡ ਕਰਾਂਗੇ। ਮੇਰੇ ਜਿਹੜੇ ਸਾਥੀ ਨੇ ਨਾਇਕ ਜਗਜੀਤ ਸਿੰਘ, ਉਹਦਾ ਜੋ ਸਾਰੀ ਜਨਤਾ ਨੂੰ ਪਰਫਾਰਮੈਂਸ ਦਿਖਾਉਣਗੇ ਜੀ। ਭਾਈ, ਤੁਹਾਡੇ ਕੀ ਨਾਮ ਜੀ? ਮੇਰਾ ਨਾਮ ਨਾਇਕ ਜਗਜੀਤ ਸਿੰਘ ਹੈ ਜੀ। ਤੁਸੀਂ ਦੱਸੋ ਕਿਸ ਤਰੀਕੇ ਲੱਗ ਰਿਹਾ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਪਹੁੰਚੇ ਹੋ, ਗੱਤਕਾ ਤੁਸੀਂ ਇੱਥੇ ਪਰਫਾਰਮ ਕਰੋਗੇ, ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਕੀ ਕੁਝ ਸਿੱਖਣ ਨੂੰ ਮਿਲ ਰਿਹਾ? ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਸਰ, ਔਰ ਮਾਣ ਮਹਿਸੂਸ ਹੋ ਰਿਹਾ ਆਪਣੇ ਆਪ 'ਤੇ, ਔਰ ਅਸੀਂ ਪਿਛਲੇ 2 ਸਾਲ ਤੋਂ ਇੱਥੇ ਆ ਰਹੇ ਹਾਂ, ਔਰ ਇਸ ਵਾਰ ਸਾਨੂੰ ਫਿਰ ਸਾਡੀ ਪਰਫਾਰਮੈਂਸ ਨੂੰ ਵੇਖ ਕੇ ਇੱਥੇ ਸਾਨੂੰ ਫਿਰ ਬੁਲਾਇਆ ਗਿਆ। ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ, ਔਰ ਮੈਨੂੰ ਆਪਣੀ ਟੀਮ 'ਤੇ ਵੀ ਮਾਣ ਹੈ, ਇਹਨਾਂ ਨੇ ਪਿਛਲੀ ਵਾਰ ਵੀ ਮੇਰੇ ਨਾਲ ਬਹੁਤ ਹੀ ਵਧੀਆ ਪ੍ਰੋਗਰਾਮ ਇੱਥੇ ਕੀਤਾ ਸੀਗਾ, ਇਸ ਲਈ ਸਾਨੂੰ ਫਿਰ ਇਸੇ ਬੁਲਾਇਆ ਗਿਆ। ਔਰ ਇਹ ਇੱਕ ਸਾਡੀ ਸਿੱਖ ਯੁੱਧ ਕਲਾ ਜੀ, ਜਿਸ ਨੂੰ ਸਾਡੀ ਪੀੜ੍ਹੀ ਜਿਹੜੀ ਨਵੀਂ ਹੈ ਭੁੱਲਦੀ ਜਾ ਰਹੀ ਹੈ, ਤਾਂ ਇਹ ਤਕਰੀਬਨ ਤੋਂ ਪਹਿਲਾਂ ਆਰਮੀ ਦੇ ਵਿੱਚ ਇਹ ਨਹੀਂ ਸੀਗਾ, ਤਾਂ ਬਟ ਹੁਣ ਹੌਲੀ ਹੌਲੀ ਅਸੀਂ ਸਾਡੀ ਖੁਦ ਦੀ ਕੋਸ਼ਿਸ਼ ਹੋਈ, ਅਸੀਂ ਆਪਣੇ ਕਮਾਂਡਰਾਂ ਨੂੰ ਦੱਸਿਆ ਕਿ ਇੱਕ ਯੁੱਧ ਕਲਾ, ਇਹ ਵੀ ਇੱਕ ਯੁੱਧ ਕਲਾ ਹੈ, ਜਿਹੜੇ ਸਾਡੇ ਗੁਰੂ ਪੀਰ ਆ, ਪੁਰਾਣੇ ਸਾਡੇ ਬਜ਼ੁਰਗ ਆ, ਇਹਨਾਂ ਹਥਿਆਰਾਂ ਦੇ ਸਿਰ 'ਤੇ ਜੰਗਾਂ ਜਿੱਤੀਆਂ ਨੇ ਜਿਨ੍ਹਾਂ ਨੇ, ਉਦੋਂ ਕੋਈ ਗੰਨਾਂ ਨਹੀਂ ਸੀ ਹੁੰਦੀਆਂ, ਉਦੋਂ ਕੋਈ ਨਹੀਂ, ਤਲਵਾਰਬਾਜ਼ੀ ਦੇ ਸਿਰ 'ਤੇ ਬੜੀਆਂ ਬੜੀਆਂ ਜੰਗਾਂ ਜਿੱਤੀਆਂ ਨੇ ਸ਼੍ਰੀ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਚੀਜ਼ ਨੂੰ ਤਿਆਰ ਕੀਤਾ ਸੀਗਾ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਖੁਦ ਆਰਮੀ ਦੇ ਵਿੱਚ ਇੱਕ ਆਪਣੀ ਇੱਕ ਗੱਤਕਾ ਟੀਮ 22 22 ਪੰਜਾਬ ਰੈਜੀਮੈਂਟ ਨੇ ਜਿਹੜੀ ਤਿਆਰ ਕਰੀ ਹੈ, ਔਰ ਕਾਫੀ ਜਗ੍ਹਾ 'ਤੇ ਪਰਫਾਰਮੈਂਸ ਕਰ ਚੁੱਕੀ ਹੈ, ਔਰ ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਵੀ ਆਪਾਂ ਇਸ ਵਾਰ 3rd ਸਾਲ ਇੱਥੇ ਆਪਾਂ ਪਰਫਾਰਮੈਂਸ ਕਰ ਰਹੇ ਹਾਂ। ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗ ਰਿਹਾ ਅਤੇ ਤੁਸੀਂ ਆਏ ਹੋ ਗੱਤਕਾ ਤੁਸੀਂ ਪਰਫਾਰਮ ਕਰਨ ਤੋਂ ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਲੱਗ ਰਿਹਾ ਜੀ, ਬਿਲਕੁਲ ਆਪਾਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ, ਕਿਉਂਕਿ ਆਪਾਂ 3rd ਸਾਲ ਇਸ ਵਾਰ ਫਿਰ ਆਏ ਹਾਂ, ਕਿਉਂਕਿ ਸਾਨੂੰ ਅਪੋਰਚੁਨਿਟੀ ਮਿਲਦੀ ਹੈ ਕਿ ਆਪਾਂ ਵਾਰ ਵਾਰ ਇੱਥੇ ਪਰਫਾਰਮ ਕਰੀਏ, ਸਾਡੇ ਕੁਝ ਦੇਖਿਆ ਗਿਆ ਕਿ ਅਸੀਂ ਕੋਈ ਨਾ ਕੋਈ ਮੈਸੇਜ ਪਹੁੰਚਾ ਰਹੇ ਹਾਂ ਜੋ ਤੱਕ, ਇਸ ਲਈ ਸਾਨੂੰ ਫਿਰ ਚੁਣਿਆ ਗਿਆ। ਲੱਗਦਾ ਕਿ ਜਦੋਂ ਖੁਦ ਤੁਸੀਂ ਫੌਜ ਦੇ ਵਿੱਚ ਹੋ ਤਾਂ ਜਦੋਂ ਗੱਤਕਾ ਤੁਸੀਂ ਪਰਫਾਰਮ ਕਰਦੇ ਹੋ ਤਾਂ ਉਹਦੇ ਨਾਲ ਹੋਰ ਮਦਦ ਮਿਲਦੀ ਹੈ, ਜਿਹੜੀ ਆਪਦੀ ਵੀ ਟ੍ਰੇਨਿੰਗ ਹੁੰਦੀ ਹੈ ਜਾਂ ਆਪਣੇ ਸਰੀਰ ਨੂੰ ਪਰਪੱਕ ਕਰਨ ਦੇ ਵਿੱਚ ਮਦਦ ਮਿਲਦੀ ਹੈ? ਬਿਲਕੁਲ ਸਰ, ਸਾਰੇ ਸਾਥ ਦਿੰਦੇ, ਬਿਲਕੁਲ ਸਾਰਾ ਸਾਡਾ ਮਹਿਕਮਾ ਜਿੰਨਾ ਵੀ ਹੈ ਸਾਰਾ ਸਾਥ ਦਿੰਦਾ। ਤੁਹਾਡਾ ਕੀ ਨਾਮ ਹੈ? ਮੇਰਾ ਸਪਾਈ ਸੰਦੀਪ ਸਿੰਘ। ਤੁਸੀਂ ਕੀ ਕਹੋਗੇ, ਤੁਹਾਨੂੰ ਕੀ ਲੱਗਦਾ? ਵਧੀਆ ਲੱਗਦਾ ਜੀ, ਬਹੁਤ ਵਧੀਆ ਜੀ।
ਕਿਉਂਕਿ ਹੁਣ ਐਂ ਕਿ ਵੀ ਆਰਮੀ ਵਿੱਚ ਇੱਕ ਤਰ੍ਹਾਂ ਦੇ ਹਥਿਆਰਾਂ ਦੇ ਸਿਰ 'ਤੇ ਲੜਾਈ ਹੋ ਗਈ ਅੱਜ ਕੱਲ੍ਹ ਅਤੇ ਆਪਣੇ ਆਹ ਜੋ ਸ਼ਸਤਰ ਆਪਣੇ ਜਿਵੇਂ ਕਿਰਪਾਨ ਹੋ ਗਈ ਇਹਨਾਂ ਦੇ ਸਿਰ 'ਤੇ ਪਹਿਲਾਂ ਲੜਾਈਆਂ ਲੜੀਆਂ ਹੁਣ ਤੱਕ ਭੁੱਲਦਾ ਜਾ ਰਿਹਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾ ਇਹ ਅੱਜ ਕੱਲ੍ਹ ਕਈ ਵਾਰ ਹੁੰਦਾ ਯੁੱਧ ਵਿੱਚ ਹਥਿਆਰ ਨਹੀਂ ਕੰਮ ਕਰਦੇ ਕਈ ਵਾਰ ਕਿਉਂਕਿ ਤਕਨੀਕੀ ਖਰਾਬ ਕਦੇ ਵੀ ਖਰਾਬ ਹੋ ਸਕਦੇ ਨੇ ਅਤੇ ਇਸ ਕਰਕੇ ਕਿਰਪਾਨ ਦੇ ਸਿਰ 'ਤੇ ਵੀ ਬੰਦਾ ਲੜਾਈ ਲੱਗ ਸਕਦਾ ਉਹਦੇ ਯੋਗ ਇਸ ਬੰਦੇ ਤੁਹਾਨੂੰ ਲੱਗਦਾ ਬਾਈ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਅਤੇ ਲੱਗਦਾ ਕਿ ਗੱਤਕਾ ਜਿਹੜਾ ਤੁਸੀਂ ਜਦੋਂ ਪਰਫਾਰਮ ਕਰੋਗੇ ਤਾਂ ਹੋਰ ਲੋਕਾਂ ਨੂੰ ਵੀ ਪਤਾ ਲੱਗੂਗਾ ਗੱਤਕੇ ਦੇ ਬਾਰੇ ਲੋਕ ਜਾਣਨਗੇ ਹਾਂਜੀ ਸਰ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਆਰਮੀ ਦੇ ਵਿੱਚ ਹਾਂ ਦੂਸਰੀ ਤਰਫ ਸਿੱਖ ਧਰਮ ਨਾਲ ਬਿਲੋਂਗ ਕਰਦੇ ਹਾਂ ਅਤੇ ਸਾਨੂੰ ਵੀ ਮਤਲਬ ਗੱਤਕਾ ਖੇਡਣ ਦਾ ਮੌਕਾ ਮਿਲਿਆ ਸਾਨੂੰ ਇੱਜ਼ਤ ਤਾਂ ਪਹਿਲਾਂ ਹੀ ਆਰਮੀ ਦੇ ਵਿੱਚ ਬਹੁਤ ਮਿਲਦੀ ਹੈ ਔਰ ਲੋਕ ਜਦੋਂ ਗੱਤਕਾ ਦੇਖਦੇ ਆ ਸਰਦਾਰ ਪੱਟਣ ਸਾਡਾ ਮੇਨ ਸਿੱਖ ਧਰਮ ਹੈ ਇਹਨਾਂ ਸਿਰਾਂ ਦੇ ਉੱਤੇ ਲੜਾਈ ਲੜ ਕੇ ਆਇਆ ਇੱਥੋਂ ਤੱਕ ਪਹੁੰਚੇ ਹਾਂ ਅਸੀਂ ਇਸ ਧਰਮ ਨੂੰ ਇਸ ਨਾਲ ਬਰਕਰਾਰ ਰੱਖਦੇ ਹੋਏ ਅਸੀਂ ਬਹੁਤ ਵਧੀਆ ਪਰਫਾਰਮੈਂਸ ਕਰਦੇ ਹਾਂ ਲੋਕ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਹੁੰਦੇ ਇਹ ਬਹੁਤ ਅੱਛਾ ਲੱਗਾ ਔਰ ਇਹ ਹੋਤਾ ਇੱਕ ਜੋਸ਼ ਔਰ ਉਸਕੇ ਲਈ ਇਹ ਬੈਟਲ ਕੇ ਲਈ ਹੋਤਾ ਐਕਚੁਅਲ ਮੇਂ ਇਹ ਖੁਕਰੀ ਬੈਟਲ ਕੇ ਲਈ ਯੂਜ਼ ਹੋਤਾ ਹੈ ਇਸਕੋ ਬੋਲਤੇ ਕਿਆ ਹੈ ਆਪ ਲੋਗ ਕੋਈ ਨਾਮ ਹੈ ਇਸਕਾ ਜੋ ਆਪ ਲੋਗ ਇਸਕੋ ਬੋਲਤੇ ਹੈ ਖੁਕਰੀ ਡਿਸਪਲੇ ਹਮ ਕੈਸੇ ਯੂਜ਼ ਕਰ ਸਕਤੇ ਔਰ ਇਹ ਹਮ ਇਸਕੋ ਡਿਸਪਲੇ ਕਰਕੇ ਦਿਖਾ ਦੇਤੇ ਹੈ ਔਰ ਆਪ ਲੋਗੋ ਕੋ ਕੈਸਾ ਲਗਾ ਯਹਾਂ ਪੇ ਆਕੇ ਕੈਸਾ ਇੰਤਜ਼ਾਮ ਲਗਾ ਕੈਸਾ ਹੁਆ ਯਹਾਂ ਹਾਂ ਬਹੁਤ ਅੱਛਾ ਅਰੇਂਜਮੈਂਟ ਹੈ ਅੱਛਾ ਲਗਾ ਸਭੀ ਕੋ ਦਿਖਾਨੇ ਮੇਂ ਅੱਛਾ ਲਗਤਾ ਹੈ ਇਹ ਪਰਫਾਰਮੈਂਸ ਦਿਖਾਨੇ ਮੇਂ ਅਭੀ ਸਭੀ ਨੇ ਅੱਛਾ ਲਗਾ ਸਭੀ ਕੋ ਅੱਛਾ ਲਗਾ ਅੱਛਾ ਲਗਾ ਔਰ ਆਪਕੋ ਲਗਤਾ ਹੈ ਕਿ ਲੋਕ ਜੋ ਨੌਜਵਾਨ ਯਹਾਂ ਪੇ ਆਪ ਲੋਗੋ ਕੋ ਦੇਖ ਰਹੇ ਹੈ ਉਨਕੋ ਵੀ ਸਿੱਖਨੇ ਕੋ ਮਿਲਤਾ ਹੈ ਬਹੁਤ ਕੁਛ ਹਾਂ ਲੇਕਿਨ ਇਸ ਲਈ ਥੋੜ੍ਹਾ ਕੁਛ ਟਾਈਮ ਚਾਹੀਏ ਇਸ ਲਈ ਨਾ ਥੋੜ੍ਹਾ ਟ੍ਰੇਨ ਚਾਹੀਏ ਤੋ ਇਸ ਲਈ ਅਭੀ ਕਿਆ ਹੈ ਕਿ ਇਸ ਲਈ ਕੁਛ ਅਚਾਨਕ ਹੀ ਨਹੀਂ ਹੋਤਾ ਹੈ ਇਸ ਲਈ ਨਾ ਥੋੜ੍ਹਾ ਟਾਈਮ ਚਾਹੀਏ ਹੋਤਾ ਹੈ ਕਿਤਨੀ ਟ੍ਰੇਨਿੰਗ ਚਾਹੀਏ ਇਸ ਕੋ ਅਗਰ ਕਿਸੇ ਨੇ ਸਿੱਖਣਾ ਹੈ ਤੋ ਨਹੀਂ ਇਹ ਹਮਾਰਾ ਅਲਗ ਹਿੱਸਾ ਹੈ ਹਮਾਰਾ ਜੈਸੇ ਕਲਚਰਲ ਹਾਂ ਕਲਚਰਲ ਚੀਜ਼ ਬਤਾਈਏ ਆਪਕੋ ਕੈਸਾ ਲਗਾ ਯਹਾਂ ਪੇ ਆਕੇ ਔਰ ਆਪ ਲੋਗ ਨੇ ਜੋ ਪਰਫਾਰਮ ਕੀਆ ਹੈ ਇਸਕੇ ਬਾਰੇ ਮੇਂ ਆਪ ਲੋਗ ਕੋ ਜੋ ਲੋਗੋ ਕੋ ਬਤਾਨਾ ਚਾਹਤੇ ਥੇ ਆਪਕੋ ਲਗਤਾ ਹੈ ਕਿ ਲੋਗੋ ਕੋ ਪਤਾ ਲਗ ਚਲਾ ਹੈ ਹਾਂ ਯਹਾਂ ਪੇ ਆਕੇ ਵੈਸੇ ਤੋ ਮੈਂ ਪਹਿਲੇ ਬਹੁਤ ਹੀ ਐਕਸਾਈਟਡ ਥਾ ਯਹਾਂ ਪੇ ਆਨੇ ਕੇ ਲੀਏ ਤੋ ਮੈਂ ਆ ਗਿਆ ਯਹਾਂ ਆਜ ਇਤਨੇ ਮਾਹੌਲ ਮੇਂ ਆਪ ਲੋਗੋ ਕੇ ਸਾਥ ਦੋ ਚਾਰ ਬਾਤੇਂ ਕਰਨੇ ਮੇਂ ਮੁਝੇ ਬਹੁਤ ਹੀ ਅੱਛਾ ਲਗ ਰਹਾ ਹੈ ਔਰ ਵੈਸੇ ਜੋ ਖੁਕਰੀ ਹੋਤਾ ਹੈ ਹਮਾਰਾ ਇਹ ਹਮਾਰਾ ਟ੍ਰੈਡੀਸ਼ਨਲੀ ਹੋਤਾ ਹੈ ਔਰ ਇਹ ਖੁਕਰੀ ਕਾ ਹਿਸਟਰੀ ਮੇਂ ਜਾਏ ਤੋ ਇਸਸੇ ਬਹੁਤ 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 ਹੀ ਜ਼ਿਆਦਾ ਕਾਰਨਾਮਕ ਹਮਾਰਾ ਪੁਰਖੋ ਲੋਗੋ ਨੇ ਕੀਆ ਹੈ ਤੋ ਇਸਸੇ ਤਕਰੀਬਨ ਹਿਸਟਰੀ ਮੇਂ ਜਾਏ ਸਭ ਕੋ ਪਤਾ ਚਲ ਜਾਤਾ ਹੈ ਕਿ ਇਹ ਖੁਕਰੀ ਕਾ ਮਤਲਬ ਕੀਆ ਹੈ ਇੱਕ ਸਾਰਟ ਨਾਈਵ ਹੋਤਾ ਹੈ ਹਮਾਰੇ ਮੇਂ ਇੱਕ ਟ੍ਰੈਡੀਸ਼ਨਲੀ ਹੋਤਾ ਹੈ ਇਹ ਹਮਾਰਾ ਜੋ ਹਮਨੇ ਇਹ ਨਿੱਤ ਕੀਆ ਥਾ ਖੁਕਰੀ ਡਾਂਸ ਇਹ ਡਾਂਸ ਹਮੇਂ ਜਬ ਪੁਰਖੋ ਲੋਕ ਨੇ ਜਬ ਵਾਰ ਖਤਮ ਖਤਮ ਹੋ ਜੀਤ ਲਿਆ ਉਸਕੇ ਬਾਅਦ ਜਬ ਵੋ ਲੋਕ ਛੋਟਾ ਸਾ ਪਾਰਟੀ ਕਰਦੇ ਥੇ ਉਸ ਸਮੇਂ ਇਹ ਡਾਂਸ ਕਰਦੇ ਥੇ ਵਹੀ ਨਿੱਤ ਅੱਜ ਹਮ ਯਹਾਂ ਪੇ ਆਪ ਲੋਗੋ ਕੇ ਬੀਚ ਦਿਖਾਏ सर सब तो पहला आपके यूनिट का नाम बताइए कहाँ से आप लोग आए हमारा यूनिट है 36 मराठा मीडियम रेजिमेंट जो कि हम अंबाला से आए हुए ठीक है सर आप लोगों ने जो अभी जो परफॉर्म किया उसके बारे में हमारे दर्शकों को बताइए और यहाँ पे आप लोग आए हैं कैसा आपको लग रहा है कैसी आपकी परफॉर्मेंस रही यहाँ पर आए जो हम लोग तो काफ़ी अच्छा लगा हम लोगों ने यही प्रोग्राम अंबाला में भी किया था तो ये है छत्रपति शिवाजी महाराज है उन्होंने जो अपना सैनिकों का मनोबल और जो उनकी धैर्य शक्ति बढ़ाना और जो भी लड़ाई जीत के आते थे वो तो इस प्रोग्राम को रखते थे एक मनोरंजन के तौर पर और फिजिकल फिटनेस भी हो जाता था इसलिए ये प्रोग्राम और हमेशा भी ये प्रोग्राम महाराष्ट्र में कभी गणेश विसर्जन शिव जयंती इस उपलक्ष्य में कराया जाता है ठीक है सर आप लोग यहाँ पे आए हैं चंडीगढ़ में मिलिट्री लिटरेचर फेस्टिवल में ये भी बताइए कि पहली बार आए हैं इससे पहले भी आ चुके हैं और ये बताइए कि यहाँ पर आपको कैसा लगा कि कैसे इंतज़ाम है और लोगों से आप लोग और भी कल्चर देखे हैं आप लोगों के कैसा लगा यहाँ पर जो कल्चरल प्रोग्राम हुए सभी अच्छे हुए और हम लोग यहाँ पर ये जो प्रोग्राम किया है ये पहली बार किया है लेकिन इससे पहले हम लोगों ने कई जगह दिल्ली में भी किया था हमने वर्ल्ड बैंड फेस्टिवल था वहाँ पर भी किया था ये प्रोग्राम हमने टेंगा में किया था उसके बाद अरुणाचल प्रदेश चाइना बॉर्डर पर भी किया था सर ये बताइए कि आज के दौर में जैसे हम लोग ये मानते हैं कि जो हमारे नौजवान हैं वो थोड़ा सा फौज में जाने से थोड़ा हिचकिचाते हैं क्या लगता है आपको भी ऐसे जो प्रोग्राम है उनसे नौजवानों के अंदर एक प्रेरणा पैदा होती है बिल्कुल सर जय अभी जो कुकरी डांस हुआ या हमारा झांझ हुआ इससे तो सभी प्रेरित होते हैं और इससे कोई ऐसा कुछ नहीं सेना में सबसे बढ़िया है क्योंकि आजकल तो गवर्नमेंट में सिविल में तो जॉब भी नहीं है क्या संदेश देना चाहेंगे नौजवानों पर जो भी नौजवान है जो भी है सिविल का माहौल देखते हुए और आना चाहिए जो सेना में है सबसे अच्छा जान नौकरी है तो
इसमें आना चाहिए जवानों ने जो सिविल वाले लोग हैं। थैंक यू सर, थैंक यू सो मच, आप लोगों को बहुत बहुत मुबारक। थैंक यू सर, थैंक यू सो मच। ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ, ਗੱਲਬਾਤ ਕਰ ਰਹੇ ਹਾਂ ਇੱਥੇ ਅਤੇ ਵੱਖ ਵੱਖ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਨੌਜਵਾਨਾਂ ਦੇ ਅੰਦਰ ਜਿਹੜੀ ਆ ਫੌਜ ਨੂੰ ਲੈ ਕੇ ਜਾਗਰੂਕਤਾ ਪੇਸ਼ ਕਰਨ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਖਾਸ ਮਹਿਮਾਨ ਇੱਥੇ ਪਹੁੰਚੇ ਹੋਏ ਨੇ, ਸਾਬਕਾ ਫੌਜੀ, ਸਾਬਕਾ ਜਵਾਨ, ਵੱਖ ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ। ਸਾਡੇ ਨਾਲ ਸਾਬਕਾ ਵਿੰਗ ਕਮਾਂਡਰ ਗੁਰਮੀਤ ਸਿੰਘ ਜੀ ਮੌਜੂਦ ਨੇ ਜੋ ਇੱਥੇ ਇਸ ਵੇਲੇ ਪ੍ਰਦਰਸ਼ਨੀ ਦੇ ਵਿੱਚ ਪਹੁੰਚੇ ਹੋਏ ਸੀ। ਸਰ, ਜਸ ਪੰਜਾਬੀ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਸਰ ਇੱਥੇ ਤੁਸੀਂ ਪਹੁੰਚੇ ਹੋ, ਕਿਵੇਂ ਲੱਗ ਰਿਹਾ? ਇਹ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਮੈਂ ਖੁਦ ਫੌਜ 'ਚ ਰਿਹਾ, ਏਅਰਫੋਰਸ ਰਿਹਾ, ਆਪਣੀ ਲਾਈਫ ਪੂਰੀ ਦੇਖੀ ਹੋਈ ਹੈ। ਪਰ ਜਿਸ ਤਰੀਕੇ ਨਾਲ ਇਹ ਫੈਸਟੀਵਲ ਅਰੇਂਜ ਕੀਤਾ ਗਿਆ ਹੈ, ਇਹ ਬਹੁਤ ਵੱਡਾ ਇੱਕ ਮੋਟੀਵੇਸ਼ਨ ਹੈ ਅੱਜ ਦੇ ਯੁਵਾ ਜਿਹੜੇ ਹੈਗੇ ਨੇ, ਯੰਗ ਜਨਰੇਸ਼ਨ ਵਾਸਤੇ, ਲੜਕੇ ਲੜਕੀਆਂ, ਆਪਣੇ ਦੇਸ਼ ਦੀ ਹਿਸਟਰੀ ਪਤਾ ਲੱਗਦੀ ਹੈ ਜਦੋਂ ਦਾ ਇੰਡੀਪੈਂਡੈਂਸ ਹੋਈ ਹੈ, ਕਿਸ ਤਰ੍ਹਾਂ ਆਪਣੀ ਆਜ਼ਾਦੀ ਵਾਸਤੇ ਅਸੀਂ ਲੜੇ ਹਾਂ, ਆਪਣਾ ਆਰਮੀ ਹੋਵੇ ਚਾਹੇ ਏਅਰਫੋਰਸ ਹੋਵੇ, ਉਹਦੀਆਂ ਬਹੁਤ ਕੀਮਤੀ ਮੂਮੈਂਟਸ ਦੀਆਂ ਫੋਟੋਗ੍ਰਾਫ ਇੱਥੇ ਪਈਆਂ ਨੇ। ਔਰ ਸਾਡੇ ਜਿਹੜੇ ਹਰ ਵਾਰ ਦੇ ਵਿੱਚ ਹੀਰੋ ਸੀਗੇ, ਵਰਲਡ ਵਾਰ 2 ਤੋਂ ਲੈ ਕੇ ਫਿਰ ਪਾਕਿਸਤਾਨ ਨਾਲ ਜਿੰਨੀਆਂ ਲੜਾਈਆਂ ਹੋਈਆਂ, ਜਿਨ੍ਹਾਂ ਨੇ ਬੜੇ ਬੜੇ ਵੱਡੇ ਕਾਰਨਾਮੇ ਕੀਤੇ, ਦੇਸ਼ ਦੀ ਸੁਰੱਖਿਆ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਦੇ ਤਸਵੀਰਾਂ ਨੇ, ਉਹ ਮੂਮੈਂਟਸ ਨੇ ਜਿੱਥੇ ਜਿੱਥੇ ਵਿਕਟਰੀ ਹਾਸਲ ਕੀਤੀ ਹੈ। ਔਰ ਮੇਰੇ ਖਿਆਲ ਨਾਲ ਇਹ ਬਹੁਤ ਵੱਡੀ ਦੇਣ ਹੈ ਇਸ ਫੈਸਟੀਵਲ ਦੀ, ਆਪਣੇ ਯੰਗ ਬਲੱਡ ਵਾਸਤੇ ਮੋਟੀਵੇਟ ਹੋ ਕੇ ਉਹ ਵੀ ਦੇਸ਼ ਦੀ ਸੁਰੱਖਿਆ ਵਾਸਤੇ ਆਪਣੇ ਡਿਫੈਂਸ ਫੋਰਸਿਸ ਜੁਆਇਨ ਕਰ ਸਕਦੇ ਹੈ। ਔਰ ਸਭ ਤੋਂ ਵਧੀਆ ਸੇਵਾ ਡਿਫੈਂਸ ਫੋਰਸਿਸ ਜੁਆਇਨ ਕਰਕੇ ਹੀ ਹੁੰਦੀ ਹੈ, ਔਰ ਆਪਣਾ ਨਾਮ ਵੀ ਖੱਟ ਸਕਦੇ ਹੈ, ਸ਼ੋਹਰਤ ਹਾਸਲ ਕਰ ਸਕਦੇ ਹੈ, ਸੋਸ਼ਲ ਸਟੇਟਸ ਬਣਾ ਸਕਦੇ ਹੈ, ਔਰ ਅੱਜ ਕੱਲ੍ਹ ਈਵਨ ਜਿਹੜੀ ਸੈਲਰੀ ਵਗੈਰਾ ਹੈ ਉਹ ਵੀ ਬਹੁਤ ਅੱਛੀਆਂ ਨੇ, ਇੱਕ ਬਹੁਤ ਅੱਛਾ ਕਰੀਅਰ ਜਿਹੜਾ ਹੈ ਉਹਨਾਂ ਵਾਸਤੇ ਬਣ ਸਕਦਾ ਹੈ। ਇਹ ਫੈਸਟੀਵਲ ਡੈਫੀਨੇਟਲੀ ਬਹੁਤ ਲੋਕਾਂ ਨੂੰ ਮੋਟੀਵੇਟ ਕਰੇਗਾ। ਸਰ, ਤੁਸੀਂ ਸਰ ਡਿਫੈਂਸ ਦੇ ਖੇਤਰ 'ਚ, ਮੈਂ ਇੱਕ ਚੁਣੌਤੀ ਦੀ ਗੱਲ ਕਰਾਂ, ਭਾਰਤ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਵੱਡੀ ਚੁਣੌਤੀ ਭਾਰਤ ਲਈ ਕੀ ਹੈ ਡਿਫੈਂਸ ਦੇ ਖੇਤਰ 'ਚ? ਵੱਡੀ ਚੁਣੌਤੀ ਜੇ ਦੇਖਿਆ ਜਾਵੇ ਤਾਂ ਚਾਈਨਾ ਜਿਹੜੀ ਐਕਸਪੈਂਸ਼ਨਿਸਟ ਪਾਲਿਸੀ ਹੈ, ਹਰ ਪਾਸੋਂ ਮੈਂ ਲੋਕਾਂ ਦੀ ਜ਼ਮੀਨ ਲੈ ਲਵਾਂ, ਦੂਜੇ ਮੁਲਕਾਂ ਦੇ ਉੱਤੇ ਆਪਣਾ ਕਬਜ਼ਾ ਕਰ ਲਵਾਂ, ਔਰ ਵਰਲਡ ਨੰਬਰ 1 ਬਣਨਾ ਚਾਹੁੰਦਾ, ਅਮੈਰੀਕਾ ਨੂੰ ਪਿੱਛੇ ਪਾਉਣਾ ਚਾਹੁੰਦਾ ਹੈ, ਅਤੇ ਉਹ ਸਾਡੇ ਬਾਰਡਰ ਦੇ ਵਿੱਚ ਵੀ ਕੋਈ ਬਾਰਡਰ ਸਮਝੌਤਾ ਇਸੇ ਕਰਕੇ ਨਹੀਂ ਕਰ ਰਿਹਾ, ਉਹ ਗੁੰਜਾਇਸ਼ ਰੱਖ ਰਿਹਾ ਕਿ ਜਿਹੜੇ ਪਾਸੋਂ ਮਰਜ਼ੀ ਵਿੱਚ ਵੜ ਕੇ ਹਿੰਦੁਸਤਾਨ ਦੀ ਵੀ ਜ਼ਮੀਨ ਕਿਸੇ ਪਾਸੋਂ ਹੜਪ ਕਰਾਂ। ਸਭ ਤੋਂ ਵੱਡੀ ਚੁਣੌਤੀ ਇਸ ਵੇਲੇ ਮੇਰੇ ਖਿਆਲ ਚਾਈਨਾ ਹੈ, ਅਤੇ ਸਾਡੇ ਹੌਸਲੇ ਬੁਲੰਦ ਨੇ, ਔਰ ਅਸੀਂ ਕਈ ਵਾਅਦੇ ਕੀਤੇ ਨੇ ਅਮੈਰੀਕਾ ਨਾਲ ਅਤੇ ਹੋਰ ਕਈ ਕੰਟਰੀਜ਼ ਨਾਲ ਜਿਹੜੇ ਕਿ ਚਾਈਨਾ ਦੀ ਇਸ ਐਕਸਪੈਂਸ਼ਨਿਸਟ ਪਾਲਿਸੀ ਦੇ ਅਗੇਂਸਟ ਨੇ, ਅਤੇ ਅਸੀਂ ਉਹਨਾਂ ਨਾਲ ਪੈਕਟ ਵਗੈਰਾ ਕਰਕੇ ਆਪਣੇ ਆਪ ਨੂੰ ਸੁਦ੍ਰਿੜ ਕੀਤਾ ਹੈ, ਮਜ਼ਬੂਤ ਕੀਤਾ ਹੈ, ਔਰ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਆਪਣੀ ਪੂਰੀ ਤਿਆਰੀ 'ਚ ਲੱਗੇ ਹੋਏ ਹਾਂ। ਅਤੇ ਤੁਹਾਨੂੰ ਪਾਕਿਸਤਾਨ ਕਿੱਥੇ ਖੜਦਾ ਹਿੰਦੁਸਤਾਨ ਦੇ ਮੁਕਾਬਲੇ? ਪਾਕਿਸਤਾਨ ਹੁਣ ਦੇਖੋ ਉਹ ਤਾਂ ਬਹੁਤ ਪਿੱਛੇ ਰਹਿ ਗਿਆ, ਇੱਕ ਉਹਦੀ ਜਿਹੜੀ ਇਕੋਨਮੀ ਇੰਨੀ ਪੂਅਰ ਹੈ ਕਿ ਉਹ ਆਪਣੇ ਲੋਕਾਂ ਨੂੰ ਰੋਟੀ 'ਤੇ ਖਵਾ ਨਹੀਂ ਸਕਦਾ, ਅਤੇ ਇੰਡੀਆ ਦਾ ਮੁਕਾਬਲਾ ਕੀ ਕਰੇਗਾ? ਇੰਡੀਆ ਦੀ ਟੈਕਨੋਲੋਜੀ ਬਹੁਤ ਐਡਵਾਂਸ ਹੈ, ਬਹੁਤ ਚੀਜ਼ਾਂ ਅਸੀਂ ਇੱਥੇ ਬਣਾਈ ਦੀਆਂ, ਉਹ ਪਾਕਿਸਤਾਨ ਕੋਲ ਪੈਸਾ ਪੂਸਾ ਹੈ ਨਹੀਂ, ਉਹ ਆਪਣਾ ਭੀਖ ਮੰਗਣ ਵਾਲਾ ਬਾਊਲ ਲੈ ਕੇ ਚਾਈਨਾ ਦੇ ਕੋਲ ਬਹੁਤ ਜਾਂਦਾ ਹੈ, ਔਰ ਐਜ਼ ਏ ਟੈਰੋਰਿਸਟ ਨੇਸ਼ਨ ਦੁਨੀਆ ਸਾਰੀ ਜਾਣਦੀ ਹੈ, ਕੋਈ ਉਹਨੂੰ ਘਾਹ ਨਹੀਂ ਪਾਉਂਦਾ, ਸਿਰਫ ਚਾਈਨਾ ਦੇ ਉਹਦਾ ਲਾਈ ਲੱਗ ਬਣ ਕੇ ਉਹਦੇ ਕੋਲੋਂ ਕੁਛ ਲੈ ਰਿਹਾ, ਪਰ ਉਹ ਸਾਡਾ ਇੰਡੀਆ ਦਾ ਮੁਕਾਬਲਾ ਬਿਲਕੁਲ ਨਹੀਂ ਕਰ ਸਕਦਾ। ਤੋ ਅੱਜ ਦੀ ਡੇਟ ਨੂੰ ਪਾਕਿਸਤਾਨ ਇਜ਼ ਨੋ ਵੇਅਰ ਐਜ਼ ਕੰਪੇਅਰ ਟੂ ਇੰਡੀਆ। ਇਸ ਵੇਲੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ, ਸਕੂਲੀ ਬੱਚੇ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵਿੱਚ, ਜੋ ਕੁਝ ਖਾਸ ਤੌਰ ਦੇ ਉੱਤੇ ਇਹਨਾਂ ਬੱਚਿਆਂ ਦੇ ਮਕਸਦ ਲਈ ਰੱਖਿਆ ਗਿਆ ਸੀ ਤਾਂ ਜੋ ਇਹ ਪ੍ਰੇਰਿਤ ਹੋ ਸਕਣ, ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਕੀ ਨਾਮ ਤੁਹਾਡਾ? ਹਰਸਿਮਰਨ ਸਿੰਘ। ਹਰਸਿਮਰਨ, ਦੱਸੋ ਕਿਸ ਤਰੀਕੇ ਲੱਗਿਆ ਇੱਥੇ, ਤੁਸੀਂ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਆਏ ਹੋ, ਕੀ ਕੁਝ ਵੇਖਿਆ ਇੱਥੇ, ਕਿਵੇਂ ਲੱਗਿਆ ਇੱਥੇ?
काफ़ी वधिया है, अरेंजमेंट बहुत वधिया है। तो सब तो ज़्यादा खुशी तो सानू आ होंदी कि सानू ऑर्गेनाइज़ करन दा इन्होंने मौका दिता। एक्चुअली काफ़ी इंट्रस्टिंग भी हैगा, इत्थे सारा कुछ ही है, विंटेज कार्स भी हैं, एमिनेशन भी हैगा, अपनी स्पीचेस भी चल रही ने, तो इन टोटल वधिया है। तो किवें दिलचस्पी है अगे किसे ज्वाइन करन दी? हाँ जी हाँ जी, मैं एयरफोर्स ज्वाइन करनी है। एयरफोर्स ज्वाइन करनी है जो इनफॉर्मेशन दी गई है तो लगा कि सही है या होर बेहतर होनी चाहिए थी? काफ़ी ज़्यादा सही है, मतलब देख के मजा आया। तुहाडा की नाम है? रुतबा। मतलब तुसी दसो कि किस तरीके लग गया थे तुसी पहला, क्योंकि तीजी बार हो रहा है, पहली बार तुसी आए हो तो किस तरीके तुहानू जी लग्या? नहीं नहीं, एक्चुअली असी हर साल इधर आंदे रहे हैं, पहली बार असी ऑर्गेनाइजिंग वॉलंटियर टीम च है तो साढ़े लिए बहुत वधिया एक्सपोजर है, क्योंकि सानू भी पता लग रहा है भी किवें सारा कुछ ऑर्गेनाइज करीदा है, मैनेज करीदा है, तो सानू बहुत वधिया एक्सपोजर मिल रहा है। बाकी चीज़ों का भी असी अलग अलग तरह के आर्मी वैपनस देख रहे हैं, विंटेज कार देख रहे हैं, इतने फॉरन डेलीगेट्स भी आए हैं जिन्हों इंट्रैक्शन करने का भी बहुत वधिया ओपरचुनिटी साढ़े को। साढ़े परमवीर चक्र अवार्ड विनर सूबेदार योगेंद्र सिंह भी आए हुए हैं जिन्होंने टाइगर हिल अपनी कैप्चर की थी कारगिल वॉर च, तो सारा कुछ बहुत वधिया ओवरऑल। तो होर भी बच्चे ने तो लगता है कि उन्होंने दिलचस्पी है, अच्छा लगे उन्होंने इतने आके, होर कि यूथ लगे इतने आया हुआ? दिलचस्पी जो बंदा इतने आ रहा तो ओबियसली दिलचस्पी होगी, क्योंकि लोगों को लगता भी मिलटरी का जोड़ा होंगे ये सारा बहुत बोरिंग होंगे, पर इतने आके पता लगता भी मिलटरी बोरिंग नहीं होंगी, भी इतने किन्ने सानू वॉर फाइट्स किन्ना सारा कुछ देखने को मिलता है, तो किन्नी सानू इतने स्टोरीज पता लगती हैं भी असी जो सुनते हैं तो असल जो होंगे उस तो कि डिफरेंस है। नाम है अनमोल सिंह जी। अनमोल, तुम दसो किमें लगे इतने आके, की कुछ सीखा? इतने बहुत अच्छा लगे आके, एक्चुअली इतने जोड़े रिटायर्ड मिलटरी ऑफिसर्स इन्हों की स्टोरीज वगैरह जान के पता लगता है भी सिचुएशन वो किमें हैंडल करते हैं, जिमें मूवीज़ दिखाने उस तो कितने ही डिफरेंट कितने ही ज़्यादा एडवेंचरस होंदिया ने आर्मी सिचुएशन, तो इतने ओवरऑल अरेंजमेंट भी बहुत अच्छा है। एक्चुअली साडा सैकेंड ईयर है तो सानू इस बार भी मज़ा आ रहा है, पहली बारी नालों कितने ही ज़्यादा वधिया अरेंजमेंट है इस बारी, तो हिस्सा भी बने, पार्टीसपेट भी कर रहे हो वॉलंटरी तौर पर, ना काम कर रहे हो तो इंट्रैक्शन भी होंगी होगी उन्होंने किमें लग्या? बहुत वधिया लग्या, दे आर ऑल वेरी स्वीट एंड वो क्या कहेंदे एक्चुअली उन्होंने देख के एक क्या कहेंदे इंस्पीरेशन मिलती है भी उन्होंने अपनी लाइफ किन्ने किमें इन्नी हार्ड सिचुएशन चो लंघ के भी वो इतने तक पहुँच गए हैं। अच्छा, मैंने ये दसो कि तुम्हें लगता है कि मकसद यही सगा कि यूथ जोड़ा है वो ज्वाइन करे, मिलटरी हो जाए, फौज होगी, कुछ भी एयरफोर्स होगी, ज्वाइन करे उन्होंने, तुसी जो ओवरऑल इतने महसूस किया इतने जाने तो लगता कि इस तो बाद बच्चे इंस्पायर होंगे ज्वाइन करने के लिए? हाँ जी हाँ जी, श्योर होंगे, काफ़ी हद तक होंगे। बिल्कुल। तो इस वेले कुछ होर बच्चे साढ़े नाल मौजूद ने जिन्होंने गल करते हैं मिलिट्री लिटरेचर फैसटिवल पहुंचे हुए हैं। की नाम है तुहाडा? गुरकीरत कौर। गुरकीरत, तुसी दसो किवें लग्या तुहानू इत्थे आ के, की कुछ सीखने को मिलिया? बहुत वधिया लग्या, असीं इत्थे वॉलंटियर कर रहे हैं, मतलब ऑर्गेनाइज़ करन दे विच हेल्प कर रहे हैं, तो सानू बहुत अच्छा लगा सब कुछ देख के, बड़े बड़े डेलीगेट्स आए इत्थे, ते नाले असीं रणविजय सिंघा नू भी मिले, सानू मतलब साडा साडी चाइल्डहुड विश सी कि असीं उन्होंने मिलिए, तो सानू बहुत खुशी हुई उन्होंने मिल के। मेरा नाम मेघा सैनी है। मेघा, तुसी दसो किवें लग्या इत्थे? बहुत ही वधिया लग्या, एक बहुत ही नवा एक्सपीरियंस है, सारे इन्ने वड्डे डेलीगेट्स नाल मिल रहे हैं और सानू मोटीवेट कर रहे हैं, अपने लाइफ एक्सपीरियंसिस शेयर कर रहे हैं, तो आप जिस रस्ते पर जाना चाहते हैं, आप डिफेंस फोर्सिस ज्वाइन करना चाहते हैं, वो एक बहुत ही अच्छा हुआ, सानू बहुत ज़्यादा मोटिवेशन मिल रही है। अच्छा, तो लगता इनफॉर्मेशन मिली है कि किवें जाना डिफेंस सर्विस के या डिफेंस के होंगे की है? सर, मेरा नाम अवनीत है, तो असी माई पागो AFPI तो हाँ, असी सारे ने डिफेंस फोर्सिस ज्वाइन करनिया ने, तो इन्हों इन्होंने सारे ने सानू थोड़ा जहा वध चानन पाया, थोड़े जे होर तरीके दसे, तो होर वड्डे वड्डे डेलीगेट्स नू मिलके सानू ये पता लग गया कि ओहदा की चीज़ है, तो असी भी उत्थे जरूर पहुँचांगे। बहुत वधिया लग्या, मेरा नाम पलकजोत कौर है, तो बहुत वधिया लग्या, सानू बहुत मोटिवेट किया स्पीकर्स ने जिहड़े आए सीगे वड्डे वड्डे डेलीगेट्स डेलीगेशनस तो, ते जिवें मैम ने दस्या कि असी रणविजय सिंह नू मिले, बहुत वधिया लग्या आके। मेरा नाम भव्या है, इस एक्सपीरियंस बहुत वधिया सीगा, इहदे को सानू बहुत कुछ नवा नवा सीखन नू मिलिया, ते इट वॉज अ गुड एक्सपीरियंस, आना चाहिए इतने। मेरा नाम निवेदिता सैनी है, इतने बहुत एक वधिया एक्सपीरियंस मिले जो क्लेरियन हॉल में वॉर्स के बारे दस रहे हैं, तो सारे एग्जीबिशन लगे हुए हैं, इन्हें तो बहुत कुछ सीखने को मिलता है, तो सानू होर प्रेरित करते हैं साढ़े मिशन वाल जाने वास्ते। मेरा नाम हरसिमरन कौर है, इतने आगे बहुत वधिया एक्सपीरियंस मिले मैनू, तो क्लेरियन थिएटर के अलग अलग वॉर्स के बारे दसा गया सानू, तो बहुत मज़ा आ रहा है।
हाँ जी आर्मी आर्मी सब तो वधिया इनू करियर नहीं कहोंगे इनू एक वे ऑफ लाइफ कहोंगे एक जिंदगी जीने दा सानू ढंग सिखांदी है ते जे तुसीं कह यूथ दी गल कर रहे हो कि ओह क्यों नहीं इत्थे मोटिवेट हो रहे हो इस करके कि उन्हां नूं अवेयरनैस नहीं हैगी नहीं तो जिन्ने पर्क्स जिन्ने फैसिलिटीज़ आर्मी सानू प्रोवाइड करदी है ओह किसी होर प्रोफेशन च नहीं हैगे। देखो कुलविंदर मिलिट्री लिटरेचर फेस्टिवल जिहड़ा है इहदा सब तो वड्डा जिहड़ा एम है कि साढ़े जिहड़े देश के नौजवान ने जिहड़ी यूथ हैगी आ उहनूं साढ़े जिहड़े लोग जंग लड़दे ने जिन्हां शहीद शहादतां दित्तियां ने उहनां दी फैमिलीज़ एक तो जवान सी मर गया उत्थे उह शहादत हो गई पर दूजियां उहनां दी फैमिलीज़ जो हुण तक उहनां दी याद च रह रहियां ने और बहुत करेज चाहीदी है बहुत बहादुरी चाहिए है कि पूरी जिंदगी तुसी बगैर योर हसबेंड बगैर योर फादर तुसी रहोगे बच्चे इस तरह ने जो स्कूल जाएंगे फंक्शनली सब दे फादर जाएंगे उन्होंने फादर नहीं आएंगे क्योंकि वह शहीद हो गए सो उन्होंने असी ये लैगसी मिलिट्री की जी जी है उन्होंने पहचान पहुँचाने ली और दूजी गल मुंडिया यूथ नू और लड़कियों इंस्पायर करिए कि साड़ी आर्मड फोर्स ज्वाइन करन और देश की सेवा करन और एक बड़ा वधिया कैरियर है बड़ा वधिया ऑपरचुनिटी है टू लर्न टू डू सर्विस फॉर द नेशन बड़ा एडवेंचरस लाइफ हो सकती है खतरे वाली लाइफ हो सकती है तो जिन्हों इस चीज़ का शौक है वो अगे आए तो मिलिट्री लिटरेचर फेस्टिवल में तुसी बड़े वड्डियां पर्सनैलिटीज़ जड़ियाँ आर्मड फोर्सेज जा तो उन्होंने पार्टिसिपेट किया जंग विच जां उन्होंने किताबां लिखी डिफेंस दे विच हिंदुस्तान लई वड्डी चुनौती कौन है ते किवें है नहीं इट्स अ वेरी गुड क्वेश्चन क्योंकि आई थिंक जिहड़ी पॉलिटिक्स चल रही है इस देश विच ओ पाकिस्तान पाकिस्तान कर रही है लेकिन जिहड़ा रियल थ्रेट टू इंडिया इज़ फ्रॉम चाइना और अज तुसी चाइना दा जिहड़ा सपोर्ट है पाकिस्तान नू अगर वो सपोर्ट हट जाए तो पाकिस्तान जीरो हो जाएगा इट बी अ जीरो कंट्री सो रियल थ्रेट इज़ फ्रॉम चाइना बिकॉज चाइना की तुसी देखो उन्हां दी जिहड़ी नैशनल पावर है कॉम्प्रीहेंसिव नैशनल पावर वो इंडिया तो 5-6 गुना ज़्यादा हैगी है उन्हां दी नॉट ओनली कन्वेंशनल वॉरफेयर ऑन इलेक्ट्रॉनिक वॉरफेयर साइबर वॉरफेयर स्पेस वॉरफेयर और उन्हां दी हुण नेवल वॉरफेयर दे आर नाउ कमिंग इन टू द इंडियन ओशन सो आई थिंक सानू सब तो ज़्यादा खतरा इज़ फ्रॉम चाइना नॉट पाकिस्तान चाइना इकल फौज का जिक्र हुण पॉलिटिक्स दे विच होण लग्गा है कह रहे हैं कि फौज की वरतों भी होण लगी है यूथ नू इस बारे किस तरीके अवेयर होना चाहिए यूथ नू ये गल मन च रखनी चाहिए है कि जब भी उन्होंने लगे कि कोई भी जरनैल या कोई अफसर या कोई सोल्जर किसी पॉलिटिशियन दी सपोर्ट करता है उन्हें कहना चाहिए ये तेरा काम नहीं है तेरा काम है देश नू बचाना सरहद ते खड़े होना तेरा काम पॉलिटिक्स नहीं और स्पेशली जब कोई जरनैल आर्मी जे सर्विंग अफसर है रिटायर नहीं सर्विंग वो अजी गल करे तो ये बहुत गलत गल है और देश लई बड़ी गलत गल तो मिलिट्री लिटरेचर फैसटिवल तस्वीर असी तुम्हें विखाइया ने बहुत सारे लोगों के नाल गलबात भी हुई है ਤੁਹਾਨੂੰ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਾਣਕਾਰੀ ਮਿਲੀ ਹੋਏਗੀ ਇਸ ਬਾਰੇ ਅਤੇ ਖਾਸ ਤੌਰ ਦੇ ਉੱਤੇ ਨੌਜਵਾਨ ਜਿਹੜੇ ਨੇ ਉਹ ਕਾਫੀ ਗਿਣਤੀ 'ਚ ਇੱਥੇ ਪਹੁੰਚ ਰਹੇ ਨੇ ਪ੍ਰਬੰਧਕ ਵੀ ਉਮੀਦ ਕਰ ਰਹੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਜਿਹੜੇ ਨੇ ਜੋ 2 ਦਿਨ ਬਾਕੀ ਰਹਿ ਗਏ ਉਹਨਾਂ ਦੇ ਵਿੱਚ ਹੋਰ ਬੱਚੇ ਇੱਥੇ ਆਉਣਗੇ ਅਤੇ ਫੌਜ ਦੇ ਬਾਰੇ ਅਤੇ ਉਸ ਫੌਜ ਦੀ ਹਿਸਟਰੀ ਦੇ ਬਾਰੇ ਜਿਹੜੀ ਆ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਹੈ ਉਹ ਹਾਸਿਲ ਕਰਨਗੇ ਫਿਲਹਾਲ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ ਧੰਨਵਾਦ।